ਅੜ ਵਿਖੇ ਖਾਦ ਨਾਲ ਭਰੇ ਹੋਏ ਟਰੱਕ ਥੱਲੇ ਔਰਤ ਦੇ ਕੁਚਲੇ ਜਾਣ ਦੇ ਨਾਲ ਦਰਦਨਾਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਸੋ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਮਦੋਦ ਦੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਫਿਰੋਜ਼ਪੁਰ ਵਿਖੇ ਭੇਜ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਔਰਤ ਪਰਮਜੀਤ ਕੌਰ ਪਤਨੀ ਜੀਤਾ ਵਾਸੀ ਲੱਖੋਕੇ ਬਹਿਰਾਮ ਆਪਣੀ ਮਾਂ ਨੂੰ ਮਿਲਣ ਦੇ ਲਈ ਆਈ ਹੋਈ ਸੀ। ਸਵੇਰੇ ਲਗਭਗ 8 ਵਜੇ ਮਮਦੋਦ ਤੋਂ ਆਪਣੇ ਰਿਸ਼ਤੇਦਾਰ ਦੇ ਨਾਲ ਮੋਟਰਸਾਈਕਲ ਤੇ ਬੈਠ ਕੇ ਨੇੜਲੇ ਪਿੰਡ ਜਾ ਰਹੇ ਸਨ ਕਿ ਸਾਹਮਣੇ ਦਿਸ਼ਾ ਤੋਂ ਖਾਦ ਨਾਲ ਭਰੇ ਹੋਏ ਟਰੱਕ ਥੱਲੇ ਆ ਕੇ ਕੁਚਲੀ ਗਈ, ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਦਾ ਮੁੱਖ ਕਾਰਨ ਬਾਰਿਸ਼ ਦੇ ਪਾਣੀ ਤੋਂ ਬਾਈਕ ਦੇ ਤਿਲਕਣ ਨੂੰ ਦੱਸਿਆ ਜਾ ਰਿਹਾ ਹੈ। ਉਧਰ ਟਰੱਕ ਚਾਲਕ ਵੀ ਮੌਕੇ ਵਾਲੀ ਥਾਂ ਤੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ। ਪਿੰਡ ਲੱਖੋ ਗਿਆ ਤੇ ਹਾਸਾ ਕਿਵੇਂ ਵਾਪਰਿਆ? ਹਾਸਾ ਜੀ ਇੱਥੇ ਮਤਲਬ ਸਾਗ ਲੈਣ ਜਾ ਰਹੇ ਸੀ ਮੰਡੀ ਚੋਂ, ਮਤਲਬ ਉੱਧਰ ਰੋਡ ਪੱਟਿਆ ਪਿਆ ਸੀ ਅਤੇ ਉੱਥੋਂ ਲੰਘਦੇ ਪਏ ਸੀ ਅਤੇ ਗੱਡੀ ਮਤਲਬ ਸਾਈਡ ਦਿੱਤੀ ਗੱਡੀ ਨੇ ਅਤੇ ਮੋਟਰਸਾਈਕਲ ਮਤਲਬ ਫਿਸਲ ਗਿਆ ਸਾਈਡ ਦੇ ਥਾਂ ਥੋੜ੍ਹੀ ਸੀ ਅਤੇ ਲੜਕੀ ਦੀ ਮਤਲਬ ਮੌਤ ਹੋ ਗਈ। ਤੁਹਾਡਾ ਕੀ? ਟਰੱਕ ਖਾਦ ਲੈ ਕੇ ਆ ਰਿਹਾ ਸੀ ਜੀ ਅਤੇ ਇੱਥੋਂ ਮੰਦੋੜ ਦੱਸ ਰਹੇ ਨੇ ਜੀ ਮੋਟਰਸਾਈਕਲ 'ਤੇ ਜਾ ਰਹੇ ਸੀ ਅਤੇ ਮੋਟਰਸਾਈਕਲ ਦਾ ਟਾਇਰ ਫਿਸਲਣ ਕਰਕੇ ਗੱਡੀ ਦੇ ਮਗਰਲੇ ਪਹੀਏ ਥੱਲੇ ਲੇਡੀ ਆ ਗਈ। ਮੌਕੇ 'ਤੇ ਮੌਤ ਹੋ ਗਈ? ਹਾਂ, ਮੌਕੇ 'ਤੇ ਮੌਤ ਹੋ ਗਈ। ਪਰਿਵਾਰਕ ਮੈਂਬਰ ਪਹੁੰਚ ਰਹੇ ਨੇ ਜੀ। ਲਖਮੀਰ ਕੇ ਉਤਾੜ ਪਿੰਡ ਹੈ ਜੀ। ਇੱਥੋਂ ਗੱਡੀ ਖਾਦ ਲੈ ਕੇ ਆ ਰਹੀ ਸੀ, ਅੱਗੋਂ ਜਾ ਰਿਹਾ ਸੀ ਮਮਦੋਟ ਨੂੰ, ਪਰਮਜੀਤ ਕੌਰ ਪਤਨੀ ਜੀਤ ਸਿੰਘ ਮੋਟਰਸਾਈਕਲ 'ਤੇ, ਅਤੇ ਬਾਰਿਸ਼ ਕਰਕੇ ਉਹ ਮੋਟਰਸਾਈਕਲ ਦਾ ਟਾਇਰ ਫਿਸਲ ਗਿਆ ਅਤੇ ਉਹ ਲੇਡੀ ਜਿਹੜੀ ਆ ਪਿਛਲੇ ਟਾਇਰ ਥੱਲੇ ਟਰੱਕ ਦੇ ਆ ਗਈ ਆ। ਵਾਰਸ ਪਹੁੰਚ ਗਏ ਨੇ? ਵਾਰਸ ਪਹੁੰਚ ਰਿਹਾ ਜੀ, ਫੋਨ ਕੀਤੇ ਆ ਉਹਨਾਂ ਨੂੰ, ਪਹੁੰਚ ਰਿਹਾ।